अजकल के दिनों में श्री गणेश जी महाराज जी की पूजा पूरे भारत की पूरी दुनिया में हो रही है। इस प्रकार भगतों ने अपने दुकाना घर में श्री गणेश जी की मूर्ति स्थापना करके पूजा आरंभ कर दी है। इस कड़ी तहत स्वर्णकार संघ कोटपुरा के प्रधान जसविंदर सिंह जौड़ा बॉम्बे ज्वैलर्स और मराठा मित्र मंडल वालों श्री गणेश जी की मूर्ति स्थापना 31 अगस्त को की गई सी। 9 सितंबर दिन शुक्रवार को श्री गणेश जी की मूर्ति की विसर्जन शोभा यात्रा दोपहर 2 बजे तो कोटपुरा शहर वेदी होंगी हुई फरीदकोट वाली जौड़ियां नहर से शाम 6 बजे पुजेगी। विशेष तौर पर रोजाना की आरती मौके आम आदमी पार्टी के प्रचार सकत्र बिट्टा नरूला जी अपने साथियों समेत पुजे, जिन्हों में कमल राजपूत जी, प्रदीप शर्मा जी, बलवीर तगड़ जी, सुनील सिंह कपूर जी समेत आरती एसोसीएशन के जनरल सकत्र श्री अशोक गोयल जी समेत पुजे, जिथे मराठा मित्र मंडल के मोटो जी नवनाथ जी, सुरजीत जी, सुभाष जी, महेश जी, बापूर्व जी, प्रशांत जी आदि ने उन्होंने जी आया क्या। इस मौके श्री अशोक गोयल जी ने श्री गणेश जी के 12 नाम दस के विघनहरता श्री गणेश जी की प्रशंसा की। आओ देखते हैं सुनील सिंह कपूर की विशेष रिपोर्ट। शुरुआत ही इन्ना तो है जी कोटपुरे च, शुरुआत गणपति जी की इन्ना तो ही है। मराठा संगठन आप कह सकते हैं, मराठा मंडल है जी, मराठा मंडल। आज श्री गणेश जी की पूजा की जा रही है, पंडित जी हाजिर है, सारिया शख्सियतें हाजिर ने, हाजिर ਸਾਡੇ ਪ੍ਰਦੀਪ ਸ਼ਰਮਾ ਜੀ ਦਾ ਪਰਿਵਾਰ ਹਾਜ਼ਰ ਹੈ, ਬੇਟਾ ਇਹਨਾਂ ਦਾ। ਔਰ ਇਹਦੇ ਬਾਰੇ ਡਿਟੇਲ ਕੌਣ ਦਊਗਾ ਜੀ? ਸਰ ਕਦੋਂ ਦੇ ਇਹ ਗਣੇਸ਼ ਉਤਸਵ ਕੀਤੀ ਜਾ ਰਹੀ ਤੁਹਾਡੇ ਵੱਲੋਂ? ਪਿਛਲੇ 15 ਸਾਲ ਤੋਂ ਕਰੀ ਜਾਂਦੇ ਜੀ, ਕੰਟੀਨਿਊ। ਹਾਂਜੀ, ਕੰਟੀਨਿਊ ਕਰੀ। 1 ਸਾਲ ਮਿਸ ਹੋਇਆ ਕੋਰੋਨਾ ਕਾਲ ਜੀ, ਕੋਰੋਨਾ ਕਾਲ ਮਿਸ ਹੋਇਆ। ਇੱਕ ਵਾਰ ਇੱਥੇ ਹੀ ਕਰਦੇ ਹਰ ਵਾਰੀ ਪੂਜਾ? ਹਰ ਵਾਰ ਬਸ ਇਹ 2 ਜਗ੍ਹਾ ਹੈ ਕਿ ਆਪ ਕਰ ਸਕਦੇ। ਹਾਂ, ਦੋ ਹੀ ਗਲੀਆਂ, ਦੋ ਹੀ ਗਲੀਆਂ ਜੀ। ਅੱਛਾ, ਦੋ ਹੀ ਗਲੀਆਂ। 15 ਸਾਲ ਤੋਂ ਮਨਾਉਂਦੇ ਆ ਰਹੇ, ਕਿਹਨਾਂ ਵੱਲੋਂ ਮਨਾਇਆ ਜਾਂਦਾ ਹੈ? ਇਹ ਸਵਰਨਕਾਰ ਸੰਘ ਵੱਲੋਂ ਤੇ ਮਰਾਠਾ ਮਿੱਤਰ ਮੰਡਲ ਵੱਲੋਂ ਬਣਾਇਆ ਜਾਂਦਾ ਹੈ। ਸਵਰਨਕਾਰ ਸੰਘ ਔਰ ਮਰਾਠਾ ਮਿੱਤਰ ਮੰਡਲ, ਮਿੱਤਰ ਮੰਡਲ ਦੇ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ 15ਵਾਂ 16ਵਾਂ। ਹਾਂਜੀ ਹਾਂਜੀ, ਇੱਥੇ ਸਾਡੇ ਜਿਹੜੇ ਮਹਿਮਾਨ ਵੀ ਆਏ ਹੋਏ ਨੇ ਬਿੱਟਾ ਨੂਲਾ ਪੰਜਾਬ ਸਕਰਾਵਾਂ ਦੀ ਪਾਰਟੀ ਦੇ, ਕੀ ਕਹੋਗੇ ਸਰ? ਸ਼੍ਰੀ ਜੈ ਗਣੇਸ਼ ਜੀ। ਇਹ ਕਪੂਰ ਸਾਹਿਬ ਜਿੱਦਾਂ ਮਤਲਬ ਛੋਟੇ ਭਾਈ ਕਹਿ ਰਿਹਾ ਨਾ, ਮੈਂ ਇੱਥੇ ਮਤਲਬ ਪਿਛਲੇ ਸਮਝੋ 40-45 ਸਾਲ ਤੋਂ ਵਸਨੀਕ ਹੈ, ਮਤਲਬ ਇਸ ਏਰੀਏ ਦਾ, ਇਲਾਕੇ ਦਾ ਜੀ। ਇਹ ਜਿਹੜੀ ਮਤਲਬ ਇਹਦਾ ਤਾਂ ਮਰਾਠਾ ਮੰਡਲ ਹੈਗੇ ਆ, ਜਾਂ ਸੁਣ ਜਿੰਨੇ ਆਪਾਂ ਮਤਲਬ ਕਹਿ ਦਿੰਦੇ ਸੁਨਿਆਰੇ ਕਹਿੰਦੇ ਨੇ ਪੰਜਾਬੀ 'ਚ, ਇਹ ਜਿਹੜਾ ਨਾ ਮਤਲਬ ਇਕੱਠੇ ਹੋ ਕੇ ਇਸ ਚੀਜ਼ ਨੂੰ ਮਤਲਬ ਮਨਾਉਂਦੇ ਹੈਗੇ ਆ ਜੀ। ਇਹ ਮੈਨੂੰ 15 ਸਾਲ ਹੋ ਗਏ ਮਤਲਬ ਇਹਨਾਂ ਨੂੰ ਚੀਜ਼ਾਂ ਨੂੰ ਦੇਖਦੇ ਹੋਏ। ਸ਼ੁਰੂਆਤ ਜਿਹੜੀ ਆ ਮਤਲਬ ਇਹਨਾਂ ਗਲੀਆਂ 'ਚ ਹੁੰਦੀ ਆ, ਇਹਨਾਂ ਮਤਲਬ ਏਰੀਏ 'ਚ ਹੁੰਦੀ ਆ। ਓਕੇ, ਇਹ ਜਦੋਂ ਸ਼ੁਰੂਆਤ ਕਰਦੇ ਆ ਬੜੇ ਛੋਟੇ ਛੋਟੇ ਹੁੰਦੇ ਦੀਆਂ ਜੀ, ਬੜਾ ਮਤਲਬ ਜਿਵੇਂ ਕਹਿੰਦੇ ਪੁੱਤਰ ਕਹਿੰਦੇ ਜੀ ਮਨ ਲੈਂਦੇ ਸੀਗੇ ਜੀ। ਇਹ ਜਦੋਂ ਮਤਲਬ ਇਹਨਾਂ ਨੂੰ ਆਪਣੇ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਉਤਾਰਨ ਜਾਂਦੇ ਆ ਨਾ, ਉਹ ਵੀ ਬੜਾ ਦ੍ਰਿਸ਼ ਦੇਖਣ ਵਾਲਾ ਹੁੰਦਾ। ਓਕੇ, ਅਸੀਂ ਕਹਿੰਦੇ ਬੜੇ ਬੜੇ ਮਤਲਬ ਵੱਡੇ ਵੱਡੇ ਤਿਉਹਾਰਾਂ ਦੇ, ਦੀਵਾਲੀ ਆਉਂਦੀ ਹੈ, ਹੋਲੀ ਆਉਂਦੀ ਹੈ, ਲੋਹੜੀ ਆਉਂਦੀ ਹੈ, ਪਰ ਇਹ ਇੱਕ ਜਿਹੜਾ ਤਿਉਹਾਰ ਹੈ ਦੁਨੀਆ ਦੇ ਵਿੱਚ, ਇੱਕ ਮਤਲਬ ਬੜਾ ਨਾਮੀ ਤਿਉਹਾਰ ਹੈ। ਬੰਬੇ ਸਾਈਡ ਤੇ ਜਾਓ ਤੁਸੀਂ, ਮਤਲਬ ਜਦੋਂ ਕਦੋਂ ਬੰਬੇ ਸਾਈਡ ਤੇ ਜਾ ਕੇ ਤਾਂ ਨੰਦ ਲਓ, ਮਜ਼ਾ ਲਓ, ਤੁਸੀਂ ਕਹੋਗੇ ਯਾਰ ਕਿ ਆ ਜੰਨਤ ਹੈ, ਜੰਨਤ ਦਾ ਸਵਰਗ ਹੈ। ਅਸੀਂ ਜਿਹੜਾ ਸਵਰਗ ਤੇ ਜੰਨਤ ਦਾ ਨਜ਼ਾਰਾ ਇਸ ਇਲਾਕੇ 'ਚ ਬੈਠੇ ਆ, ਇਸ ਏਰੀਏ 'ਚ ਬੈਠ ਕੇ ਅਸੀਂ ਦੁੱਧ ਪਿਛਲੇ 15 ਸਾਲਾਂ ਤੋਂ ਲੈ ਰਹੇ ਹਾਂ। 2 ਸਾਲ ਵਿੱਚ ਗੈਪ ਪਿਆ ਸੀਗਾ ਕਰੋਨਾ ਟਾਈਮ ਦਾ, ਕਰੋਨਾ ਟਾਈਮ ਤੋਂ ਸਾਰੀ ਦੁਨੀਆ ਚਲੋ ਜਿਵੇਂ ਕਹਿੰਦੇ ਮਤਲਬ ਪ੍ਰਸ਼ਾਦ ਦੀ ਮਤਲਬ ਜਿਵੇਂ ਕਹਿੰਦੇ ਤਕਲੀਫ ਦੇ ਵਿੱਚ ਸੀਗੀ, ਉਦੋਂ ਬਾਅਦ ਕੰਟੀਨਿਊ ਜਿਹੜਾ ਮਤਲਬ ਜਿਹੜਾ ਚੱਲ ਰਿਹਾ ਹੈਗਾ ਮਤਲਬ 15 ਸਾਲ ਤੋਂ, ਇਹ ਵੀ ਹੁਣ ਜਿਹੜਾ ਗੁਰੂ ਸਾਹਿਬ ਨੂੰ ਜਿਹੜਾ ਮਤਲਬ ਚੱਲ ਰਿਹਾ ਹੈਗਾ, ਬਹੁਤ ਸ਼ਾਨਦਾਰ, ਬਹੁਤ ਵਧੀਆ, ਮਤਲਬ ਮਨ ਨੂੰ ਜਿਵੇਂ ਕਹਿੰਦੇ ਆ ਇੱਕ ਮਤਲਬ ਤਸੱਲੀ ਦੇਣ ਵਾਲਾ। ਇਹ ਸਦਾ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਨੇ, ਸਪੀਕਰ ਸਾਹਿਬ ਦੀਆਂ ਖਾਲੀ ਥਾਵਾਂ ਭਰ ਰਹੇ ਹੋ, ਉਹਨਾਂ ਦੇ ਹੁਕਮ ਅਨੁਸਾਰ ਚੱਲੀ ਆ ਰਹੇ ਹੋ ਵੀ ਜਾ ਰਹੇ ਪ੍ਰੋਗਰਾਮਾਂ ਦੇ? ਸਪੀਕਰ ਸਾਹਿਬ ਦੇ ਖਾਸ ਆਦੇਸ਼ ਆ, ਖਾਸ ਆਦੇਸ਼। ਹਾਂਜੀ ਹਾਂਜੀ, ਉਹਨਾਂ ਦੇ ਖਾਸ ਆਦੇਸ਼ ਕੀ ਹੈ ਵੀ ਮਤਲਬ ਉਹ ਕੋਵਿਡ ਟਾਈਮ ਤੇ ਮਤਲਬ ਕੁਛ ਥੋੜਾ ਜਿਹਾ ਬੀਜੀ ਚੱਲ ਰਹੇ ਆ, ਅੱਜ ਕੱਲ ਮਤਲਬ ਕਿ ਸਰਕਾਰੀ ਦੌਰੇ ਤੇ ਜਾ ਕੇ ਫੋਰਨ ਨੇ। ਹਾਂਜੀ ਹਾਂਜੀ, ਉਹਨਾਂ ਨਾਲ ਥੋੜੀ ਮੋਟੀ ਮੇਰੀ ਮਤਲਬ ਅੰਡਰਸਟੈਂਡਿੰਗ ਹੁੰਦੀ ਰਹਿੰਦੀ ਹੈ, ਮੈਸੇਜ ਕਨਵੇ ਹੁੰਦਾ ਰਹਿੰਦਾ ਉਹਨਾਂ ਦਾ ਵੀ ਤੇ ਮੇਰਾ ਵੀ ਜੀ। ਉਹ ਮੈਨੂੰ ਉਹਨਾਂ ਨੇ ਮਤਲਬ ਇਹ ਜ਼ਰੂਰ ਮੁੰਡੇ ਜਿਵੇਂ ਕਹਿੰਦੇ ਸੇਵਾ ਲਾਈ ਹੈ ਵੀ ਮਤਲਬ ਕੋਈ ਵੀ ਆਪਣਾ ਮਤਲਬ ਜਿਵੇਂ ਕਹਿੰਦੇ ਨੀਅਰ ਡੀਅਰ ਹੈਗਾ, ਕੋਈ ਵੀ ਆਪਣਾ ਸੁਖ ਚਿੰਤ ਹੈਗਾ, ਕੋਈ ਵੀ ਆਪਣੇ ਕਿਸੇ ਤਰੀਕੇ ਦਾ ਆਪਣੇ ਇਲਾਕੇ ਦਾ ਮਨਵਾਸ ਨਹੀਂ ਹੈ, ਕੋਈ 1% ਕੋਈ ਵੀ ਹੈਗਾ ਕਿਸੇ ਤਰੀਕੇ ਦਾ ਕੋਈ ਵੀ ਪ੍ਰੋਗਰਾਮ ਮਤਲਬ ਤੁਹਾਨੂੰ ਮਤਲਬ ਜਿਵੇਂ ਕਹਿੰਦੇ ਮੈਸੇਜ ਭੇਜਦੇ ਹੈ, ਉਹ ਸਮਝ ਲਓ ਬਿੱਟਾ ਨਰੂਲਾ ਨੇ ਮਤਲਬ ਇਹ ਸਰਦਾਰ ਕੁਲਤਾਰ ਸਿੰਘ ਸਦਵਾ ਮਤਲਬ ਉਹਨਾਂ ਦੀ ਹਾਜ਼ਰੀ ਮੰਨੀ ਜਾਂਦੀ ਹੈ, ਉਹਨਾਂ ਦੀ ਹਾਜ਼ਰੀ ਵਿੱਚ ਮਤਲਬ ਪ੍ਰਵਾਨਗੀ ਹੈ ਜੀ, ਮਤਲਬ
ਸਹੀ ਮੈਨੇ ਤਾਂ ਮਤਲਬ ਮੈਂ ਉਹਨਾਂ ਦੀ ਹਾਜ਼ਰੀ ਨਾਲ ਹੀ ਮਤਲਬ ਇੱਥੇ ਮੈਂ ਫੋਲੋ ਕਰ ਗਿਆ ਇਹ ਜਿਹੜਾ ਪ੍ਰੋਗਰਾਮ ਹੈ ਜੀ ਇਹਨਾਂ ਦਾ ਇਹ ਫਿਰ ਤੁਸੀਂ ਇਹ 10 ਦਿਨ ਦਾ 5 ਦਿਨ ਦਾ ਕਿੰਨੇ ਦਿਨਾਂ ਦਾ 11 ਦਿਨ ਦਾ ਹੁੰਦਾ ਜੀ 11 ਦਿਨ ਦਾ ਹੁੰਦਾ ਜੀ ਇਹ 11 ਦਿਨ ਸਵੇਰ ਤੋਂ ਸ਼ਾਮ ਤੱਕ ਚੱਲਦਾ ਪ੍ਰੋਗਰਾਮ ਸਵੇਰ ਸ਼ਾਮ ਦੋ ਟਾਈਮ ਆਰਤੀ ਹੁੰਦੀ ਜੀ ਹਾਂ ਇਸ ਵਿੱਚ ਸਾਡੇ ਸੁਵਰਨਕਾਰ ਸੰਘਾ ਬਹੁਤ ਜ਼ਿਆਦਾ ਬੜਾ ਯੋਗਦਾਨ ਹੈ ਜੀ ਪ੍ਰਧਾਨ ਕੌਣ ਨੇ ਹਾਂਜੀ ਸਾਡੇ ਪ੍ਰਧਾਨ ਹੈ ਜੀ ਜਸਵਿੰਦਰ ਸਿੰਘ ਜੋੜਾ ਜੀ ਜਸਵਿੰਦਰ ਜੋੜਾ ਜੀ ਬੰਬੇ ਜ਼ਿਲ੍ਹੇ ਵਾਲੇ ਅੱਛਾ ਉਹ ਪ੍ਰਧਾਨ ਨੇ ਫਿਰ ਲੰਗਰ ਲਾਉਂਦੇ ਰੋਜ਼ ਤੁਸੀਂ ਹਾਂਜੀ ਲੰਗਰ ਰੋਜ਼ ਵੀ ਚੱਲਦਾ ਹੈ ਕੱਲ ਨੂੰ ਵੀ ਬੜਾ ਲੰਗਰ ਚੱਲਣਾ ਜੀ ਸਾਡਾ ਪੂਰੀ ਦਿਹਾੜੀ ਚੱਲੂਗਾ ਜੀ ਅੱਛਾ ਅੱਜ ਕਾਹਦਾ ਲੰਗਰ ਲਾਇਆ जलेबियां दा साडे दरम्यान अशोक गोयल जी साडे शहर दी महान हस्ती सेठ कहा जांदा है बहुत रब रूपी आदमी ने आपां दो चार दिन दे लवांगे बेटा जी दे बड़े नेड़े मित्र ने की कहोगे सर तुसीं अज गणेश जी दी इस तरह है जिवें बिक्रा जी ने पहला आख्या है पहला तां असीं गणेश जी नूं प्रणाम करदे आं जी मैं तुहानूं इत्थों शुरू करदा हां कि देखो मेरे दोस्त मित्र भी मेरे रिश्तेदार भी कई एडवोकेट भी है जी 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 सर उन्होंने सारे को जानते हैं तो तुम गणेश जी बारे दस दें हाँ जी हाँ जी पद्म प्राण और स्कंद प्राण के मैं खुद पढ़िया आप उन्नीस सही गल नहीं करता गणेश जी के नाम मैं रिपीट करूंगा तुम गणपति विघन राज लंब टुंड गजानन द्वैमर तुर हे रंभ एक दंत गणाधिप विनायक चारूकर पशुपाल और भवात्मज ये गणेश जी के जेडे मुख नाम है जेड़ा इन्हों का उच्चारण करता है सारे विघन दूर हो जाते ओके ओके किने किने नाम दसे ने देखो गणपति विघन राज लंब तुंड गजानन द्वैमर तुर हे रंभ एक दंत गणाधिप विनायक चारूकर पशुपाल और बारह नाम गणेश जी के पद्म प्रांत स्कंद प्रांत लिखे लिखे हुए मैं व्हाट्सएप भी कर कहें विश पूरी हो जाती कोई इदा मैं भी सुनी है गल नहीं बस विघन थोड़े दूर हो जाते विघन दूर और एक होर जो सीरियल आंदा है गणपत विघन हरता गण श्री गणेश का एक सीरियल भी आंदा जी उसको तुसी अच्छे तरीके नाल सारा अच्छी तरह मैं देख रहा हूँ ओके गणेश जी के श्री कृष्ण का भी एक अंश है ओके गणेश जी के इस करके जोड़ा है इन्हों की मतलब इन्नी ज़्यादा महानता इन्नी ज़्यादा हर काम के आप कोई किताबा बढ़िया लाइनिया है कोई शुभ कर्म करना है कोई कोठी का शुभ कर्म करना है या सर्जन करते हैं सारा कुछ इस करके शुरू तो ही अपने इन्हों तो शुरुआत की शुरुआत दूसरी गल हैगी है भी ये जी है पिछले 15 साल तो बीजे ने आख्या कि अभी करते हैं 15 साल तो ही पिछे पिछले 15 साल तो ही जदों दियां जॉब्स निकलियां बच्चों चीजां दा आदान प्रदान है आज तो 15-16 साल पहला इन्हां चीजां दा इन्ना ज्यादा पता नहीं सीगा जदों दे बच्चे इधरले उधर जांदे आ ते उधरले इधर आंदे आ या कोई महाराष्ट्र च जांदे आ गुजरात च जांदे आ ते उन्हां नूं शौक हुंदा उत्थे रहिंदे आ उन्हां नूं शौक खास करके इस परिवार दा बेटा जी दा बहुत चढ़ती गल द्वादशी नावानी जे पटे यदपि विद्यारंभे विवाहे च प्रवेशे नृगमे तथा संग्रामे संकटे च विघ्न तत्न जायते वक्रतुंड महाकाय सूर्य कोटि संप्रभ निर्विघ्नं कुरु मे देव सर्व कार्येषु सर्वदा श्रीमन महागणाधिपते नमः द्वादशतानि नामानि यानी द्वादश नाम 12 नाम जेड़े इन्हां ने लए है ਉਹ ਸਾਰੇ ਵਿਘਨਾਂ ਨੂੰ ਹਰਨ ਕਰਨ ਵਾਲੇ ਵਾਹ ਜੀ ਵਾਹ ਜੀ ਜੈ ਗਣੇਸ਼ ਜੀ ਬਹੁਤ ਮਿਹਰਬਾਨੀ ਹੈ ਸਾਥੀ ਨੇ ਸਾਡੇ ਤਖਤ ਸਾਹਿਬ ਵੀ ਆਏ ਨੇ ਕੀ ਕਹੋਗੇ ਤੁਸੀਂ ਮੈਂ ਜਿੰਨੀ ਵੀ ਸੰਗਤ ਜਿੰਨੇ ਵੀ ਸਾਥੀ ਇੱਥੇ ਗਣੇਸ਼ ਜੀ ਦੇ ਚਰਨਾਂ ਦੇ ਵਿੱਚ ਆਸ਼ੀਰਵਾਦ ਲੈਣ ਆਏ ਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆਪਾਂ ਸ਼ਰਮਾ ਤੋਂ ਵੀ ਆਪਾਂ 2 ਸ਼ਬਦ ਲਵਾਂਗੇ ਸਾਡੇ ਪ੍ਰਦੀਪ ਸ਼ਰਮਾ ਜੀ ਸਾਡੇ ਸ਼ਹਿਰ ਦੀ ਸ਼ਾਨ ਨੇ ਬਹੁਤ ਅੱਛੇ ਆਦਮੀ ਨੇ ਮੈਂ ਗਣੇਸ਼ ਜੀ ਨੂੰ ਪ੍ਰਣਾਮ ਕਰਦਾ ਜੀ ਮੈਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਕਰਦਾ ਜਦੋਂ ਤੁਸੀਂ ਘਰੋਂ ਤੁਰੋ ਉਦੋਂ ਗਣੇਸ਼ ਜੀ ਨੂੰ ਜਾ ਕੇ ਜਾਓ ਪਰਮਾਤਮਾ ਤੁਹਾਡੀ ਰੱਖਿਆ ਕਰੂਗਾ ਗਣੇਸ਼ ਜੀ ਤੁਹਾਡੀ ਸ਼ਾਖ ਸ਼ਾਖ ਰੱਖਿਆ ਕਰੂਗਾ ਵਾਹ ਜੀ ਜੈ ਹੋ ਗਣੇਸ਼ ਜੀ ਬਹੁਤ ਅੱਛਾ ਪ੍ਰਦੀਪ
ਰੱਖਿਆ ਤੁਹਾਨੂੰ ਬਹੁਤ ਧੰਨਵਾਦ ਕਮਲ ਜੀ ਬੋਲਣਗੇ ਕੁਛ ਵਾਹਿਗੁਰੂ ਗਣੇਸ਼ ਜੀ ਨੂੰ ਪ੍ਰਣਾਮ ਹਿੰਦੂ ਸੰਸਕ੍ਰਿਤੀ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਗਣੇਸ਼ ਜੀ ਮਨਾਏ ਜਾਂਦੇ ਆ ਬਿਲਕੁਲ ਬਿਲਕੁਲ ਬੜੇ ਬੈਠੇ ਬੜੇ ਟੌਰ ਨਾਲ ਨੇ ਸਪੈਸ਼ਲ ਸੁਬਾ ਤੋਂ ਲਾ ਕੇ ਸ਼ਾਮ ਦੇ ਤੱਕ ਆਪਣੀ ਸਾਰੀ ਪੂਜਾ ਤੱਕ ਮੇਰੀ ਹਾਜ਼ਰੀ ਇੱਥੇ ਤੁਹਾਡੀ ਹਾਜ਼ਰੀ ਬਹੁਤ ਅੱਛੀ ਤੁਹਾਨੂੰ ਸਾਰੇ ਸਾਡੇ ਮੈਂ ਇੱਥੇ ਆ ਜਾਂਦਾ ਹਾਂਜੀ ਹਾਂਜੀ ਆਪ ਨੂੰ ਦਾਵੀ ਕਰਦੇ ਹਾਂ 11 ਵਜੇ ਮੈਨੂੰ ਕੋਈ ਕਰਵਾ ਮੁਬਾਰਕ ਹੈ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ ਬਹੁਤ ਧੰਨਵਾਦ